नगर निगम के अधीन पड़ते मलिकपुर में इन दोनों लोग गंदगी व कूड़े के ढेरों से परेशान हैं। स्थानीय निवासी को कहना है कि निगम द्वारा सफाई कर्मी तो भेजे जाते हैं, लेकिन ये ज्यादातर पार्षद के निजी काम करते हुए नजर आते हैं, जिससे बाकी वार्ड की सफाई व्यवस्था बुरी तरह से चरमरा गई है। वहीं वार्ड पार्षद ने अपना बचाव किया है। उषा रानी की कहना चाहते हो? तुम्हारे वार्ड में साफ सफाई को लेकर काफी समस्या है। की सफाई कर्मी आते नहीं इधर? नहीं आता, कोई नहीं आता इधर। की कारण है? कितने जाते फिर आते नहीं? आते हैं उनके घर ही, आते नहीं। उनकी गली साफ कर देते, घर करते होंगे, साढ़ा कुछ नहीं करते। साड़ी गली तक तो उन्होंने साफ जवाब दिता कि अं नहीं कुछ करना। की रीजन क्यों नहीं करनी? रीजन की बता, की गल की तुम वोटा नहीं पाई? अं वोटा पाई नाल चले, अं मुंडे ना मुंडा लाया उन्हें ना चले भी बन। अं तो गली वास्ते तो मसला किया कि साड़ी गली बननी चाहिए, तो अं वोट पाने हैं। की मांग करते? अं साड़ी यही मांग है कि साड़ियाँ गलियाँ साफ सुथरिया होनी चाहिए। साड़ी लाइटा चलो नहीं लगन सही, अं कुछ भी कहते, गली बन जाए बस। मेरा नाम सोनिया है। कितना वार्ड नंबर? कितना पहला है? वार्ड नंबर 47। की दिक्कत आ रही है साफ सफाई नहीं लेके वार्ड ਦੇ ਵਿੱਚ? हां जी, मतलब कि ਤੁਸੀਂ ਦੇਖਿਆ ਹੀ ਹੋਏਗਾ ਕਿ ਸਾਡਾ ਰਸਤਾ ਕਿੰਨਾ ਖਰਾਬ ਹੈ, ਤੇ ਇਹ ਜਦੋਂ ਦੇ ਸੀਵਰੇਜ ਟੈਨ ਕਰਕੇ ਕਿ ਨਾ ਤੇ ਇਧਰ ਸੀਵਰੇਜ ਪਏ ਆ, ਤੇ ਅੱਗੇ ਮਤਲਬ ਕਿ ਉਹਨਾਂ ਨੇ ਅੱਧਾ ਗੱਬੇ ਕੰਮ ਛੱਡਤਾ ਤੇ ਪਾਈਪਾਂ ਪਾ ਕੇ, ਤੇ ਬਸ ਉੱਥੇ ਰਸਤਾ ਇੰਨਾ ਜ਼ਿਆਦਾ ਖਰਾਬ ਹੋ ਗਿਆ। ਤੁਸੀਂ ਦੇਖ ਹੀ ਸਕਦੇ ਹੋ ਆ ਕੇ। ਹੋਰ ਵੀ ਵਾਰਡ 'ਚ ਦੇਖਿਆ ਆਪਾਂ, ਕੂੜਾ ਕਰਕਟ ਕਾਫੀ ਹੈ, ਗਲੀਆਂ ਦਾ ਨਾਲੀਆਂ ਦਾ ਬੁਰਾ ਹਾਲ ਹੈ। ਉਦੋਂ ਦੇ ਨਾ ਹੀ ਤੇ ਹੁਣ ਉਹ ਕੂੜਾ ਅੱਗੇ ਪਹਿਲੇ ਲੈਣ ਆਉਂਦੇ ਸੀ, ਹੁਣ ਉਹ ਵੀ ਨਹੀਂ ਆਉਂਦੇ ਹੈਗੇ, ਤੇ ਬਾਰਿਸ਼ ਕਰਕੇ ਸਾਨੂੰ ਇੰਨੀ ਜ਼ਿਆਦਾ ਤੰਗੀ ਹੁੰਦੀ ਹੈ। ਸਾਡੇ ਬੱਚੇ ਵੀ ਡਿੱਗਦੇ ਜਾਂਦੇ ਆ, ਅਤੇ ਯੂਨੀਫਾਰਮ ਗੰਦੀ ਹੁੰਦੀ ਹੈ, ਅਤੇ ਕੱਲ੍ਹ ਨੂੰ ਕੋਈ ਵੀ ਡਿੱਗਦਾ ਤਾਂ ਇਹਦੇ ਜ਼ਿੰਮੇਵਾਰ ਕੌਣ ਹੈਗਾ? ਇਹਦੇ ਸੰਬੰਧ ਵਿੱਚ ਐਮਸੀ ਨੂੰ ਕਿਹਾ? ਹਾਂਜੀ ਕਿਹਾ ਸੀਗਾ ਉਹਨਾਂ ਨੇ, ਬਸ ਅੱਧਾ ਕੁ ਕੰਮ ਕਰਾ ਕੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਮਤਲਬ ਐਕਸ਼ਨ ਨਹੀਂ ਲਿਆ। ਕੀ ਮੰਗ ਕਰਦੇ? ਕਿ ਸਾਡਾ ਮਤਲਬ ਕਿ ਰਸਤਾ ਬਣਨਾ ਚਾਹੀਦਾ, ਗਲੀ ਬਣਨੀ ਚਾਹੀਦੀ ਹੈ। ਹਾਂਜੀ ਉਹ ਵੀ ਮਤਲਬ ਕਿ ਫਿਰ ਕੱਲ੍ਹ ਨੂੰ ਗਲੀ ਬਣ ਜਾਊਗੀ, ਕੱਲ੍ਹ ਨੂੰ ਉਹ ਵੀ ਫਿਰ ਕਚਰਾ ਲੈਣ ਮਤਲਬ ਕਿ ਆ ਸਕਦੇ ਆ ਇੱਧਰ। ਮੇਰਾ ਨਾਮ ਰਾਘਵ ਹੈ ਸਰ, ਵਾਰਡ ਨੰਬਰ 47। ਕੀ ਪ੍ਰੋਬਲਮ ਆ ਰਹੀ ਵਾਰਡ 'ਚ ਤੁਹਾਨੂੰ? ਪ੍ਰੋਬਲਮ ਸਰ ਇਹ ਹੈ, ਪ੍ਰੋਬਲਮ ਸਾਰਿਆਂ ਦੀ ਸਾਂਝੀ ਹੈ। ਤੁਸੀਂ ਦੇਖ ਸਕਦੇ ਹੋ ਕੂੜਾ ਕਰਕਟ ਉੱਦਾਂ ਹੀ ਪਿਆ ਹੋਇਆ, ਕਮੇਟੀ ਦਾ ਉੱਦਾਂ ਟੈਕਸ ਲੈਣ ਨੂੰ ਸਾਰੇ ਕੁਛ ਆ ਜਾਂਦੇ ਹੈ, ਫੈਸਿਲਿਟੀ ਕੋਈ ਨਹੀਂ ਹੈਗੀ। ਕੂੜਾ 15 ਦਿਨ ਹੋ ਗਿਆ ਪਏ ਹੋਏ ਇੱਥੇ, ਅੱਜ ਤੱਕ ਸਾਫ਼ ਸਫਾਈ ਕਰਨ ਕੋਈ ਨਹੀਂ ਆਇਆ, ਅਤੇ ਨਿਰਾ ਬਿਮਾਰੀ ਦਾ ਘਰ ਹੈ, ਤੁਹਾਨੂੰ ਵੀ ਪਤਾ ਹੈ ਇਸ ਚੀਜ਼ ਦਾ। ਸ਼ਾਮ ਨੂੰ ਇੰਨਾ ਮੱਛਰ ਹੁੰਦਾ ਅੰਦਰ ਤੱਕ, ਜਿੱਦਾਂ ਮਰਜ਼ੀ ਤੁਸੀਂ ਫਿਟਿੰਗ ਕਰਾ ਲਓ, ਜੋ ਮਰਜ਼ੀ ਕਰ ਲਓ, ਮੱਛਰ ਤੁਹਾਡੇ ਅੰਦਰ ਆਉਣਾ ਹੀ ਆਉਣਾ। ਅਤੇ ਲਾਗੇ ਸਕੂਲ ਹੈ, ਲਾਗੇ ਬਿਲਕੁਲ MC ਦਾ ਘਰ ਹੈ, ਲਾਗੇ ਸਕੂਲ ਹੈ, ਕੱਲ੍ਹ ਨੂੰ ਬੱਚਿਆਂ ਨੂੰ ਬੱਚੇ ਬਿਮਾਰ ਹੋ ਜਾਂਦੇ, ਉਹਦੀ ਜ਼ਿੰਮੇਵਾਰੀ ਕਿਹਦੀ ਹੋਏਗੀ, ਰਿਸਪੋਂਸੀਬਿਲਟੀ ਕਿਹਦੀ ਹੋਏਗੀ? ਜਿਹੜੇ ਕਮੇਟੀ ਵਾਲੇ ਬੰਦੇ ਆ ਉਹ ਪਿੰਡ ਦਾ ਕੰਮ ਕੋਈ ਨਹੀਂ ਕਰਦੇ, ਸਿਰਫ MC ਦੇ ਘਰ ਦਾ ਕੰਮ ਕਰਦੇ ਆ। ਅੱਜ ਵੀ ਤੁਸੀਂ ਦੇਖ ਸਕਦੇ ਹੋ ਜਾ ਕੇ ਕਿ ਉਹਨਾਂ ਦੇ ਘਰ ਕੋਈ ਪਰਸਨਲ ਕੋਈ ਪ੍ਰੋਗਰਾਮ ਹੋ ਰਿਹਾ, ਤਾਂ ਉੱਥੇ ਸਾਫ਼ ਸਫਾਈ ਲੱਗੇ ਦੇ ਕਰਨ, ਚੂਨਾ ਵਗੈਰਾ ਸੁੱਟ ਰਹੇ ਆ, ਸਾਫ਼ ਸਫਾਈ ਕਰ ਰਹੇ ਆ। ਕੌਣ ਸਾ ਨਾਮ ਸਰ? ਹੁਣ ਇਹ ਸਾਨੂੰ ਤਾਂ ਹੀ ਪਤਾ ਕਿ ਦੋ ਤਾਂ MC ਬਣੇ ਹੋਏ ਆ, ਇੱਕ ਉਹ ਕਦੀ ਕਹਿੰਦਾ ਕਿ ਉਹਦਾ ਸਹੁਰਾ ਸਾਹਿਬ ਕਹਿੰਦੇ ਕਿ ਮੈਂ MC ਹਾਂ, ਮੈਂ ਤੁਹਾਨੂੰ ਕਾਗਜ਼ ਵੀ ਦਿਖਾ ਸਕਦਾ, ਕਈ ਜਗ੍ਹਾ ਉਹ ਸਾਈਨ ਕਰ ਦਿੰਦੇ ਆ, ਕਈ ਜਗ੍ਹਾ ਇਹ ਸਾਈਨ ਕਰ ਦਿੰਦੀ ਆ। ਕਿਹੜਾ ਏਰੀਆ ਹੈਗਾ? ਇਹ ਏਰੀਆ ਵਾਰਡ ਮਲਕਪੁਰ ਅਤੇ ਪਠਾਨਕੋਟ ਦੇ ਵਿੱਚ। ਹੋਰ ਵੀ ਮਹੱਲੇ ਦੇ ਵਿੱਚ ਹੈਗੀ ਕੋਈ ਦਿੱਕਤ? ਇੱਦਾਂ ਸਾਰੇ ਦਿੱਕਤ ਹੀ ਆ ਸਰ, ਤੁਸੀਂ ਜਾ ਕੇ ਦੇਖ ਸਕਦੇ ਹੋ, ਨਵੇਂ ਆਪਣੇ ਸੀਵਰੇਜ ਪਏ ਆ, ਉਹ ਪਹਿਲਾਂ ਹੀ ਟੁੱਟ ਗਏ ਆ, ਚੱਲਣ ਤੋਂ ਪਹਿਲਾਂ ਹੀ ਟੁੱਟੇ ਹੋਏ ਆ, ਉਹਦੇ ਢੱਕਣ ਟੁੱਟੇ ਹੋਏ ਆ, ਬਿਲਕੁਲ ਖਾਲੀ ਪਏ ਆ, ਹਜੇ ਸਟਾਰਟ ਨਹੀਂ ਹੋਏ। ਜੇ ਕੱਲ੍ਹ ਨੂੰ ਕੋਈ ਕਿਸੇ ਦਾ ਬੱਚਾ ਉਹਦੇ ਵਿੱਚ ਡਿੱਗ ਕੇ ਜਾਂ ਸੱਟ ਚੋਟ ਲੱਗ ਜਾਂਦੀ, ਉਹਦੀ ਰਿਸਪੋਂਸੀਬਿਲਟੀ ਕਿਹਦੀ ਹੋਏਗੀ? ਉੱਧਰੋਂ ਤੁਸੀਂ ਗੱਡੀ ਨਹੀਂ ਲੈ ਕੇ ਜਾ ਸਕਦੇ, ਬਿਨਾਂ ਇਹਨਾਂ ਨੇ ਫਿਰਨੀ ਕਢਾਏ ਉੱਥੇ ਸੀਵਰੇਜ ਆਪਣੀ ਮਰਜ਼ੀ ਨਾਲ ਪਵਾਤਾ, ਕਿਸੇ ਬਿਨਾਂ ਕਿਸੇ ਦੇ ਕਹਿਣ ਤੋਂ। ਮੰਗ ਇਹੀ ਹੈ ਸਰ ਕਿ ਕੂੜਾ ਤਾਂ ਸਭ ਤੋਂ ਪਹਿਲੇ ਜਿਹੜਾ ਕਮੇਟੀ ਦਾ ਕੰਮ ਹੈ, ਜਿਹੜਾ ਟੈਕਸ ਦਾ ਪੈਸਾ ਇੱਕ ਤਾਂ ਬਰਬਾਦ ਨਾ ਕੀਤਾ ਜਾਏ ਸਾਡਾ, ਹੈ ਨਾ, ਜਿਹੜਾ ਕੂੜਾ ਉਹ ਟਾਈਮ ਟੂ ਟਾਈਮ ਚੁੱਕਿਆ ਜਾਏ, ਜਿਹੜੀ ਰਿਸਪੋਂਸੀਬਿਲਟੀ ਬਣਦੀ ਹੈ ਆਪਣੀ ਮਿਊਂਸੀਪਲ ਕਾਰਪੋਰੇਸ਼ਨ ਦੀ। ਅਤੇ ਦੂਸਰੀ ਗੱਲ, ਜਿਹੜੇ ਪਰਸਨਲ ਜਿਹੜੇ ਬੰਦੇ ਇਹਨਾਂ ਨੇ ਰੱਖ ਲਏ ਆਪਣੇ ਕੋਲ ਹੀ ਘਰ ਹੀ, ਉਹ ਇਹਦੇ ਘਰ ਵਾਸਤੇ ਨਹੀਂ ਪ੍ਰੋਵਾਈਡ ਕੀਤੇ ਹੋਏ, ਉਹ ਸਾਰਿਆਂ ਵਾਸਤੇ ਪੂਰੇ ਪਿੰਡ ਦੀ ਸਾਫ਼ ਸਫਾਈ ਵਾਸਤੇ ਆ, ਅਤੇ ਉਹਨਾਂ ਨੂੰ ਕੰਮ ਕਰਨ ਦੀ ਥੋੜ੍ਹੀ ਜਿਹੀ ਛੂਟ ਦਿੱਤੀ ਜਾਏ। ਜ਼ਬਰਦਸਤੀ ਉਹਨਾਂ ਨੂੰ ਧਮਕਾਉਣਾ ਜਾਂ ਉਹਦੇ ਕੋਲ ਆਪਣੇ ਘਰ ਦਾ ਕੰਮ ਕਰਾਉਣਾ ਇਲੀਗਲ ਹੈਗਾ, ਅਤੇ ਉਹ ਆਪਣੇ ਤਰੀਕੇ ਨਾਲ ਕਮੇਟੀ ਜੇ ਸਮਝਦਾਰ ਆ, ਜੋ ਵੀ ਆਪਣਾ ਪ੍ਰਸ਼ਾਸਨ ਚਾਹੇ ਤਾਂ ਉਹ ਕਾਰਵਾਈ ਕਰਕੇ ਅਤੇ ਆਪਣਾ ਕੰਮ ਉਹਨਾਂ ਕੋਲ ਆਪਣਾ ਕੰਮ ਹੀ ਕਰਾਉਣ, ਅਤੇ ਇਹ ਨਹੀਂ ਕਿ ਪਰਸਨਲ ਆਪਣੇ ਘਰ ਦਾ ਕੰਮ ਕਰਾਉਣ। ਅੱਜ ਉਹਨਾਂ ਦੇ ਘਰ ਕੋਈ ਫੰਕਸ਼ਨ ਆ ਅਤੇ ਉਹ ਸਵੇਰ ਦੇ ਇਹਦੇ ਘਰ ਹੀ ਲੱਗੇ ਹੋਏ ਆ, ਕਮੇਟੀ ਵਾਲ ਇੱਧਰ ਪਿੰਡ ਵੱਲ ਕਿਸੇ ਦਾ ਧਿਆਨ ਨਹੀਂ ਆ, ਕੋਈ ਕੰਮ ਨਹੀਂ ਆ। 15 ਦਿਨ ਹੋ ਗਿਆ ਕੰਪਲੇਂਟ ਪਾਏ ਹੋਏ ਵੀ, ਅੱਜ ਤੱਕ ਕਿਸੇ ਨੇ ਕੂੜਾ ਨਹੀਂ ਚੁੱਕਿਆ, ਅਤੇ ਮੱਛਰ ਨਾਲ ਬੁਰਾ ਹਾਲ ਹੈ, ਕੱਲ੍ਹ ਨੂੰ ਜੋ ਵੀ ਬਿਮਾਰੀ ਆਉਂਦੀ ਆ ਉਹ ਸਾਰੀ ਇਹਨਾਂ ਦੇ ਕਰਕੇ ਆਉਂਦੀ ਆ ਫਿਰ। ਹਾਂਜੀ ਮੈਡਮ, ਤੁਹਾਡਾ ਕਿਹੜਾ ਵਾਰਡ ਪੈਂਦਾ ਜੀ? ਨਮਸਤੇ ਜੀ, ਮੇਰਾ ਵਾਰਡ ਨੰਬਰ 47 ਹੈ, ਮਲਕਪੁਰ। ਮੈਡਮ, ਜਿੱਦਾਂ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਜਿਹੜੀ ਸਫਾਈ ਵਿਵਸਥਾ ਦੀ ਕਾਫੀ ਬੁਰੀ ਹਾਲਤ ਹੈ, ਜਿਹੜੇ ਸਫਾਈ ਕਰਮੀ ਆਉਂਦੇ ਨੇ ਉਹ ਪਿੰਡ 'ਚ ਕਿਤੇ ਵੀ ਨਜ਼ਰ ਨਹੀਂ ਆਉਂਦੇ, ਅਤੇ ਉਹਨਾਂ ਦਾ ਕਹਿਣਾ ਕਿ ਆਪਣੇ ਘਰ ਦੇ ਵਿੱਚ ਹੀ MC ਵੱਲੋਂ ਜਿਹੜੇ ਕੰਮ ਕਰਵਾਏ ਜਾਂਦੇ ਉਹਨਾਂ ਕੋਲ, ਕੀ ਕਹਿਣਾ ਚਾਹੁੰਦੇ ਹੋ? ਸਰ, ਮੈਂ 2 ਸਾਲ ਹੋ ਗਏ ਮੈਨੂੰ ਕਾਰਪੋਰੇਸ਼ਨ 'ਚ ਆਏ ਦੇ, 2 ਸਾਲ ਪਹਿਲੇ ਇੱਥੇ ਕੋਈ ਸਫਾਈ ਨਹੀਂ ਸੀ ਹੁੰਦੀ, ਹੁਣ ਤਾਂ ਆਪ ਲੋਕ ਕਹਿੰਦੇ ਕਿ ਮੈਡਮ ਨੇ ਮਤਲਬ ਕਾਫੀ ਸਾਫ਼ ਸੁਥਰਾ ਪਿੰਡ ਹੋਇਆ। ਰਹੀ ਗੱਲ ਅੱਜ ਸਾਡੇ ਪ੍ਰੋਗਰਾਮ ਹੈ ਥੋੜ੍ਹਾ ਜਿਹਾ, ਤਾਂ ਸਿਰਫ ਮੈਂ ਚੂਨਾ ਲਗਵਾਇਆ, ਅਤੇ ਨਾਲੇ ਮੇਰਾ ਕੰਮ ਕੀ ਕਰਨਾ ਉਹਨਾਂ ਨੇ?
जे माड़ा मोटा वो कर एक एक अद्ध वर कराया होगा, नहीं तो मैं आप काम करती, नहीं तो काम मल लगी है। तो मेरे को रोज़ उन्हां दी फोटो आती है जिथे गली नाली साफ करते हैं, रोज़ की तुम डिटेल चैक कर सकते हो, रोज़ उन्होंने भेजना है। कि सरकारी मुलाजम जो घर काम कर सकते थोड़े वैसे जिस तरह लोगों का कहना? नहीं नहीं, सरकारी मुलाजम हाँ थोड़ा बहुत कर सकते, करने की तो कर सकते, पर मैं करवाती नहीं हूँ उन्होंने को। मेरा काम क्यों करना, पिंड का काम किन करना, साफ सफाई किन करनी है, रोज़ की डिटेल मैनू आती है, रोज़ मैं वट्सएप पर भेजते हैं कि कितने सफाई करनी कितने नहीं। हाँ मेरे को आते हैं उत्तर, मैं दसदी हूँ कि हाँ ये महल जाना अज इधर जाना अज उधर जाना, ये तो मैं जरूर दसनी हूँ। जो आरोप लगाए जा रहे झूठे ओपोजिशन वाले बोलते रहते हैं, ओपोजिशन वाले ने बोलते रहना। हेलो एवरीवन, मेरा नाम है नितेश चौधरी एंड आई हैव ग्रेजुएटेड फ्रॉम आईआईटी बॉम्बे इन द ईयर 2009। हेलो एवरीवन, माय नेम इज डॉक्टर उषा, आई एम अ डेंटल सर्जन एंड आई हैव ग्रेजुएटेड फ्रॉम राजेंद्रा हॉस्पिटल पटियाला इन 2017। और हमने संदीपनी गुरुकुल ज्वाइन किया है एज ए आईआईटी जेईई एक्सपर्ट एंड नीट एक्सपर्ट। आईआईटी जेईई और नीट की तैयारी के लिए स्टूडेंट्स का स्ट्रॉन्ग फाउंडेशन होना बहुत जरूरी है। So let's start the preparation journey from class 6 onwards in fun and easy way. ताकि जब बच्चा class 11th में आए तो वो competition से आगे ही रहे और उसकी preparation journey बहुत ज़्यादा आसान हो जाए। Because always remember, well begun is half done. तो अब हर बच्चे का आसानी से इंजीनियर और डॉक्टर बनने का सपना पूरा होगा संदीपनी गुरुकुल। So start your journey with us as संदीपनी गुरुकुल now.